ਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਦਰਅਸਲ ਜੇਕਰ ਕੋਈ ਇਨਸਾਨ ਸਪਾ ਸੈਂਟਰ ਚਲਾਉਂਦਾ ਹੈ ਤਾਂ ਉਸ ਦੇ ਲਈ ਵੀ ਕੁਝ ਹਦਾਇਤਾਂ ਨੇ ਤੇ ਜਿਹੜਾ ਇਨਸਾਨ ਸਪਾ ਸੈਂਟਰ ਦੇ ਵਿੱਚ ਜਾਂਦਾ ਹੈ ਜਾਂ ਕੰਮ ਕਰਦਾ ਹੈ ਉਸ ਦੇ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਸਪਾ ਸੈਂਟਰਾਂ ਦੇ ਵਿੱਚ ਲਗਾਤਾਰ ਗੋਰਖ ਧਦੇ ਦੀਆਂ ਜੋ ਖਬਰਾਂ ਸਾਹਮਣੇ ਆ ਰਹੀਆਂ ਸੀ ਜਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਉੱਥੇ ਗਤੀਵਿਧੀਆਂ ਚੱਲ ਰਹੀਆਂ ਸੀ ਜਿਹੜੀਆਂ ਕਿ ਅਨਮਨੁੱਖੀ ਸਨ ਉਹਨਾਂ ਗਤੀਵਿਧੀਆਂ ਨੂੰ ਰੋਕਣ ਦੇ ਲਈ ਇਸਪਾਸ ਸੈਂਟਰਾਂ ਦੇ ਵੱਲੋਂ ਹੁਣ ਪੁਲਿਸ ਦੇ ਵੱਲੋਂ ਸਪਾਸ ਸੈਂਟਰਾਂ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਦੱਸ ਦਈਏ ਕਿ ਲਗਾਤਾਰ ਸਪਾ ਸੈਂਟਰਾਂ ਦੇ ਵਿੱਚੋਂ ਰੇਡਾ ਮਾਰ ਕੇ ਪੁਲਿਸ ਦੇ ਵੱਲੋਂ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਤੇ ਉਹ ਤਸਵੀਰਾਂ ਵੀ ਸਾਡੇ ਸਾਹਮਣੇ ਆਉਂਦੀਆਂ ਨੇ ਪਰ ਹੁਣ ਪੁਲਿਸ ਸਖਤ ਹੋ ਗਈ ਹੈ ਸਭ ਤੋਂ ਪਹਿਲੀਆਂ ਹਦਾਇਤਾਂ ਸਪਾ ਸੈਂਟਰ ਦੇ ਮਾਲਕਾਂ ਦੇ ਲਈ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਤੁਸੀਂ ਸਪਾ ਸੈਂਟਰ ਚਲਾਉਂਦੇ ਹੋ ਤਾਂ ਤੁਹਾਡੇ ਸਪਾ ਸੈਂਟਰ ਦੇ ਵਿੱਚ ਕਿੰਨੇ ਕਰਮਚਾਰੀ ਕੰਮ ਕਰਦੇ ਨੇ ਉਸ ਦੀ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਵੇ ਤੇ ਇਹ ਲਿਸਟ ਨਜ਼ਦੀਕੀ ਥਾਣੇ ਦੇ ਵਿੱਚ ਪਹੁੰਚਾਈ ਜਾਵੇ ਦੂਸਰਾ ਇਹ ਕਿ ਸਪਾ ਸੈਂਟਰ ਦੀ ਰਿਸੈਪਸ਼ਨ ਤੇ ਆਉਣ ਅਤੇ ਜਾਣ ਵਾਲੇ ਸਾਰੇ ਰਸਤਿਆਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਨੇ ਤੀਜੀ ਹਦਾਇਤ ਇਹ ਵੀ ਦਿੱਤੀ ਗਈ ਹੈ ਕਿ ਜਿਹੜਾ ਵੀ ਕਸਟਮਰ ਉੱਥੇ ਆਂਦਾ ਹੈ ਉਸ ਦੀ ਪੂਰੀ ਜਾਣਕਾਰੀ ਲਈ ਜਾਵੇ ਉਸ ਦੇ ਕੋਲੋਂ ਫੋਟੋ ਆਈਡੀ ਪ੍ਰੂਫ ਲਿਆ ਜਾਵੇ ਯਾਨੀ ਕਿ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਐਜ਼ ਅ ਪ੍ਰੂਫ ਲਿਆ ਜਾਵੇ ਰਜਿਸਟਰ ਦੇ ਉੱਤੇ ਸਭ ਕੁਝ ਨੋਟ ਕੀਤਾ ਜਾਵੇ ਸੀਸੀਟੀਵੀ ਕੈਮਰੇ ਦੀ ਜਿਹੜੀ ਫੁਟੇਜ ਹੈ ਉਹ 30 ਦਿਨ ਤੱਕ ਰਿਕਵਰ ਹੋਣੀ ਚਾਹੀਦੀ ਹੈ ਜਿਹਾ ਸਿਸਟਮ ਲਗਾਇਆ ਜਾਵੇ ਔਰ ਇਹ ਵੀ ਕਿਹਾ ਗਿਆ ਹੈ ਕਿ ਸਪਾਸ ਸੈਂਟਰ ਦੇ ਜੋ ਰਸਤੇ ਨੇ ਉਹ ਗੁਪਤ ਨਹੀਂ ਹੋਣੇ ਚਾਹੀਦੇ ਕੋਈ ਵੀ ਰਾਸਤਾ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਦੇ ਬਾਰੇ ਦੇ ਵਿੱਚ ਪੁਲਿਸ ਨੂੰ ਪਤਾ ਨਾ ਹੋਵੇ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਡਿਪਟੀ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਖੁਣਾ ਨੇ ਤਾਰਾ 143 ਦੇ ਅਧੀਨ ਸੌਂਪੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ ਲੁਧਿਆਣਾ ਦੀ ਹੱਦ ਅੰਦਰ ਹਦੂਦ ਅੰਦਰ ਜਿੰਨੇ ਵੀ ਸਪਾ ਜਾਂ ਮ사ਜ ਸੈਂਟਰ ਪੈਂਦੇ ਨੇ ਉਹਨਾਂ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਨੇ ਆਪਣੇ ਹੁਕਮਾ ਦੇ ਵਿੱਚ ਇਹ ਵੀ ਕਿਹਾ ਹੈ ਕਿ ਲੁਧਿਆਣਾ ਏਰੀਆ ਦੇ ਵਿੱਚ ਪੈਂਦੇ ਸਪਾ ਅਤੇ ਮ사ਜ ਸੈਂਟਰਾਂ ਦੇ ਰਿਸੈਪਸ਼ਨ ਏਰੀਆ ਦੇ ਵਿੱਚ ਅੰਦਰ ਆਉਣ ਅਤੇ ਬਾਹਰ ਜਾਣ ਦੇ ਰਸਤਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣਾ ਲਾਜ਼ਮੀ ਹੈ ਅਤੇ 30 ਦਿਨ ਦਾ ਰਿਕਾਰਡਿੰਗ ਬੈਕਅਪ ਵੀ ਰੱਖਿਆ ਜਾਵੇ ਇਸ ਦੇ ਨਾਲ ਹੀ ਸਪਾ ਸੈਂਟਰ ਦੇ ਮਾਲਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਹਰ ਗਾਹਕ ਦੀ ਆਈਡੀ ਰੱਖਣਾ ਜ਼ਰੂਰੀ ਹੋਵੇਗਾ ਔਰ ਪੁਲਿਸ ਵੈਰੀਫਿਕੇਸ਼ਨ ਕੀਤੇ ਬਗੈਰ ਕੋਈ ਵੀ ਕਰਮਚਾਰੀ ਨਾ ਰੱਖਿਆ ਜਾਵੇ ਬਾਹਰ ਜਾਣ ਦੇ ਲਈ ਜਾਂ ਅੰਦਰ ਆਉਣ ਦੇ ਲਈ ਕੋਈ ਗੁਪਤ ਰਸਤਾ ਨਹੀਂ ਹੋਣਾ ਚਾਹੀਦਾ ਅਤੇ ਇਹ ਵੀ ਮਾਲਕ ਯਕੀਨੀ ਬਣਾਉਣ ਕਿ ਉੱਥੇ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਨਹੀਂ ਹੋਣਾ ਚਾਹੀਦਾ ਉੱਥੇ ਜਾਣ ਵਾਲੇ ਗ੍ਰਾਹਕਾਂ ਦੇ ਲਈ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਉਹ ਆਪਣੇ ਆਈਡੀ ਪ੍ਰੂਫ ਉੱਥੇ ਜ਼ਰੂਰ ਦੇਣ ਤੇ ਉੱਥੇ ਮੌਜੂਦ ਕਰਮਚਾਰੀਆਂ ਦੇ ਲਈ ਵੀ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਪੁਲਿਸ ਵੈਰੀਫਿਕੇਸ਼ਨ ਦੇ ਵਿੱਚ ਪੂਰਾ ਸਹਿਯੋਗ ਦੇਣ ਅਤੇ ਆਪਣੇ ਪੂਰੇ ਡਾਕੂਮੈਂਟ ਸਪਾ ਸੈਂਟਰ ਦੇ ਮਾਲਕ ਨੂੰ ਜਮ੍ਹਾਂ ਕਰਵਾਉਣ ਤਾਂ ਦੱਸਿਆ ਗਿਆ ਕਿ ਅਗਲੇ 2 ਮਹੀਨੇ ਤੱਕ ਇਹ ਸਾਰੇ ਹੁਕਮ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੇ ਲਗਾਤਾਰ ਲੁਧਿਆਣਾ ਦੇ ਵਿੱਚ ਸਪਾ ਸੈਂਟਰ ਤੇ ਪੁਲਿਸ ਵੱਲੋਂ ਰੈਡਾਂ ਕੀਤੀਆਂ ਜਾ ਰਹੀਆਂ ਸੀ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੀ ਪਰ ਹੁਣ ਉਸ ਤੋਂ ਬਾਅਦ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਸਪਾ ਸੈਂਟਰ ਤੇ ਮ사ਜ ਸੈਂਟਰਜ਼ ਨੂੰ ਲੈ ਕੇ ਔਰ ਇਹ ਹਦਾਇਤਾਂ ਅੱਜ ਤੋਂ ਹੀ ਲਾਗੂ ਹੋਣਗੀਆਂ ਤੇ ਅਗਲੇ 3 ਮਹੀਨੇ ਤੱਕ ਲਾਗੂ ਰਹਿਣਗੀਆਂ